ਪਾਲੀ ਨੇ ਹਰ ਉਸ ਵੇਲੇ ਦੇ ਔਰੰਗਜ਼ੇਬ ਦੇ ਪਲ ਚਿੰਨ੍ਹਾਂ ਲਿਖਿਆ 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 ਜਿਵੇਂ ਔਰੰਗਜ਼ੇਬ Thank you.
ਬਹਾਦਰ ਸਿੰਘ ਗੁਰੂ ਤੇ ਮੈਂ ਨੌਵੇਂ ਪਾਤਸ਼ਾਹ ਹਿੰਦੀ ਚਾਦਰ ਦੇ ਪਾਤਸ਼ਾਹ ਕੀ ਕਹਿਣਾ ਚਾਹੁੰਦੇ ਜਨਮ ਸਥਾਨ ਤੇ ਜਨਮ ਸਥਾਨ ਗੁਰੂ ਤੇਗ ਬਹਾਦਰ ਜਨਮ ਸਥਾਨ ਇਹ ਬਹੁਤ ਮਹਾਨ ਸਥਾਨ ਆ ਇਹ ਗੁਰੂ ਸਾਹਿਬ ਦੇ ਘਰ ਆ ਇਹ ਗੁਰੂ ਕੇ ਮਹਿਲ ਨੂੰ ਘਰ ਕਿਹਾ ਜਾਂਦਾ ਜਿਸ ਤਰ੍ਹਾਂ ਦਰਬਾਰ ਸਾਹਿਬ ਇੱਥੇ ਉਸਾਰੀ ਕੀਤੀ ਉਦੋਂ ਗੁਰੂ ਸਾਹਿਬ ਇੱਥੇ ਰਹਿੰਦੇ ਗੁਰੂ ਅਮਰਦਾਸ ਜੀ ਨੇ ਵਸਾਈ ਨਗਰੀ ਗੁਰੂ ਰਾਮਦਾਸ ਜੀ ਇੱਥੇ ਰਹੇ ਗੁਰੂ ਅਰਜਨ ਦੇਵ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਗੁਰੂ ਹਰਰਾਏ ਜੀ ਵੀ ਇੱਥੇ ਆਏ ਆ ਅਤੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜਨਮ ਸਥਾਨ ਇਹ ਆ ਇੱਥੇ ਗੁਰੂ ਤੇਗ ਬਹਾਦਰ ਸਾਹਿਬ ਸਥਾਨ ਇਹੋ ਜਿਹਾ ਵਾ ਕਿ ਇਹ ਸਥਾਨ ਦੀ ਅਸੀਂ ਪ੍ਰਸ਼ੰਸਾ ਸੁਣੀ ਉਸ ਤੋਂ ਸੁਣੀ ਹਾਂ ਅਸੀਂ ਇੱਥੇ ਸੇਵਾ ਕਰਦੇ ਹਾਂ ਉਸ ਤੋਂ ਸੁਣੀ ਕਿ ਇੱਥੇ ਇੱਕ ਵਾਰੀ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਦਾ ਭਰਾਤਾ ਜੀ ਦਾ ਭਰਾ ਜੀ ਦਾ ਵਿਆਹ ਸੀ ਅਤੇ ਇੱਕ ਬੱਚਾ ਨੰਗਾ ਇੱਥੇ ਖੇਡ ਰਿਹਾ ਸੀ ਅਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣਾ ਜਿਹੜਾ ਕੱਪੜੇ ਵਧੀਆ ਪਾਏ ਸੀ ਵਿਆਹ ਵਾਸਤੇ ਉਹ ਲਾ ਕੇ ਵੀ ਉਹ ਨੰਗੇ ਬੱਚੇ ਨੂੰ ਦੇ ਦਿੱਤੇ ਅਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਮਾਤਾ ਜੀ ਨੇ ਕਿਹਾ ਇਹ ਕੀ ਕੀਤਾ ਤੁਸੀਂ ਕਿ ਆਪਣੇ ਜਿਹੜੇ ਨਵੇਂ ਕੱਪੜੇ ਅਤੇ ਤੁਸੀਂ ਕਿੱਥੇ ਛੱਡ ਆਏ ਜੀ ਉਹ ਕਹਿੰਦੇ ਇੱਕ ਬੱਚਾ ਸੀ ਕੋਈ ਨੰਗਾ ਅਤੇ ਉਹਨੂੰ ਮੈਂ ਆਪਣੇ ਕੱਪੜੇ ਦੇ ਦਿੱਤੇ ਅਤੇ ਗੁਰੂ ਹਰਗੋਬਿੰਦ ਸਾਹਿਬ ਮਾਤਾ ਜੀ ਕਹਿੰਦੇ ਗੁਰੂ ਹਰਗੋਬਿੰਦ ਸਾਹਿਬ ਨੂੰ ਵੀ ਇਹ ਵੇਖੋ ਆਪਣੇ ਕੱਪੜੇ ਦੇ ਆ ਅਤੇ ਗੁਰੂ ਹਰਗੋਬਿੰਦ ਸਾਹਿਬ ਅੱਗੇ ਕਹਿੰਦੇ ਹਾਲੇ ਤਾਂ ਇਹਨਾਂ ਨੇ ਕਿਸੇ ਗਰੀਬ ਲਈ ਆਪਣੇ ਕੱਪੜੇ ਦਿੱਤੇ ਆ ਪਰ ਲੋੜ ਪੈਣ 'ਤੇ ਇਹਨਾਂ ਨੇ ਕਿਸੇ ਵਾਸਤੇ ਆਪਣੇ ਸੀਸ ਵੀ ਬਲੀਦਾਨ ਕਰ ਦਿੱਤਾ ਇਹ ਐਡਾ ਵੱਡਾ ਸਥਾਨ ਆ ਇੱਥੇ ਬਹੁਤ ਦੁਨੀਆ ਆਉਂਦੀ ਆ ਜਿਹੜੇ ਸਾਡੇ ਮੇਰੇ ਵੇਖਣ ਦੇ ਵਿੱਚ ਮੈਂ ਉਹ ਬੰਦੇ ਸਾਬਤ ਕਰਾ ਸਕਦਾ ਵਾਂ ਜਿਹੜੇ ਬੰਦੇ ਇੱਥੇ ਆਉਂਦੇ ਆ ਆਪਣੀਆਂ ਮੂੰਹਾਂ ਮੰਗੀਆਂ ਮੁਰਾਦਾਂ ਪ੍ਰਾਪਤ ਕਰਕੇ ਜਾਂਦੇ ਆ ਕੜਾਕੇ ਦੀ ਠੰਡ ਵੀ ਵੱਧ ਰਹੀ ਕੜਾਕੇ ਦੀ ਠੰਡ ਵੀ ਜ਼ਿਆਦਾ ਪੈ ਰਹੀ ਆ ਅਤੇ ਜਿਹੜੀ ਆ ਸ਼ਰਧਾਲੂਆਂ ਦੀ ਜਿਹੜੀ ਆਮਦ ਵੱਧ ਰਹੀ ਹੈ ਕੋਈ ਧੁੰਦ ਤਾਂ ਵੀ ਕਾਫੀ ਪੈ ਰਹੀ ਹੈ ਲੋਕ ਦੇਸ਼ ਵਿਦੇਸ਼ ਤੋਂ ਜਿਹੜੇ ਪਹੁੰਚ ਰਹੇ ਪਹੁੰਚ ਰਹੇ ਹਾਂਜੀ ਹਾਂਜੀ ਪਹੁੰਚ ਰਹੇ ਕੜਾਕੇ ਦੀ ਜਿਹੜੀ ਠੰਡ ਪੈ ਰਹੀ ਹੈ ਠੰਡ ਦੇ ਭਾਵੇਂ ਕਾਰਨ ਕਈ ਨਹੀਂ ਆਏ ਕਈ ਨਹੀਂ ਆਸਦੇ ਪਰ ਜਿਹੜੇ ਸ਼ਰਧਾਲੂ ਆ ਭਾਵੇਂ ਠੰਡ ਹੋਵੇ ਭਾਵੇਂ ਗਰਮੀ ਹੋਵੇ ਉਹਨਾਂ ਨੇ ਆਉਣੇ ਆਉਣਾ ਵਾ ਕਿਉਂਕਿ ਪਰਮਾਤਮਾ ਦੀ ਕਿਰਪਾ ਦੇ ਨਾਲ ਜਿਹਨਾਂ ਦਾ ਵਿਸ਼ਵਾਸ ਆ ਉਹ ਹਮੇਸ਼ਾ ਆਉਂਦੇ ਆ ਭਾਵੇਂ ਠੰਡ ਹੋਵੇ ਭਾਵੇਂ ਧੁੰਦ ਹੋਵੇ ਉਹਨਾਂ ਨੇ ਆਉਣੇ ਆਉਣਾ ਮੈਂ ਬਹੁਤ ਉੱਚਾ ਇੱਥੇ 58 ਸਾਲ ਗੁਰੂ ਸਾਹਿਬ ਨਿਵਾਸ ਕੀਤਾ ਠੀਕ ਹੈ ਇਸ ਤੋਂ ਜ਼ਿਆਦਾ ਕਿਤੇ ਵੀ ਕੋਈ ਵੀ ਜਗ੍ਹਾ ਇਹੋ ਜਿਹੀ ਨਹੀਂ ਹੈਗੀ ਜਿੱਥੇ ਇੰਨਾ ਚਿਰ ਗੁਰੂ ਸਾਹਿਬ ਰਹੇ ਹੁਣ 58 ਸਾਲ ਕਿੱਥੇ ਮਾੜੇ ਇੱਕ ਕੋਈ ਵਾਰੀ ਗੁਰੂ ਸਾਹਿਬ ਚਰਨ ਪਾ ਦੇ ਨਾ ਇੱਕ ਵਾਰੀ ਬਹਿ ਜਾਣ ਉੱਥੇ ਵੀ ਅਸਥਾਨ ਬਣਿਆ ਵਾ ਅਤੇ ਤੁਸੀਂ ਇਹ ਸੋਚੋ ਵੀ ਇਹ ਅਸਥਾਨ ਕਿੱਡਾ ਮਹਾਨ ਹੋਊਗਾ ਇੱਥੇ ਭਾਈ ਸ਼ਾਲੋ ਜੀ ਭਾਈ ਮਾਨ ਸਾਹਿਬ ਜੀ ਭਾਈ ਬੁੱਢਾ ਬਾਬਾ ਬੁੱਢਾ ਸਾਹਿਬ ਜੀ ਕਿੰਨੇ ਗੁਰੂ ਸਾਹਿਬ ਅਤੇ ਕਿੰਨੇ ਸੇਵਾਦਾਰ ਅਤੇ ਕਿੰਨੇ ਸੰਤ ਸਾਰੇ ਇੱਥੇ ਹੀ ਚਰਨ ਪਏ ਹੋਏ ਆ ਇੱਥੇ ਜਿਹੜਾ ਵੀ ਆ ਜਾਂਦਾ ਵਾ ਜੇ ਕੋਈ ਨਸ਼ਾ ਕਰਦਾ ਵਾ ਜੇ ਕੋਈ ਗਲਤ ਕਰਮਾਂ 'ਚ ਪਿਆ ਵਾ ਜੇ ਇੱਥੇ ਉਹ ਮਹੀਨਾ ਵਾ ਤੋਂ ਵੱਧ 2 ਮਹੀਨੇ ਆ ਜੇ ਅਤੇ ਇੰਨੀ ਗੁਰੂ ਸਾਹਿਬ ਦੀ ਕਿਰਪਾ ਵਾ ਕਿ ਉਹ ਅੰਮ੍ਰਿਤ ਛਕ ਲੈਂਦਾ ਵਾ ਅੰਮ੍ਰਿਤ ਛਕ ਕੇ ਗੁਰੂ ਦੇ ਰਸਤੇ ਪੈ ਜਾਂਦਾ ਵਾ ਅਤੇ ਜੇ ਕਿਸੇ ਦਾ ਕਾਰੋਬਾਰ ਨਹੀਂ ਗੁਰੂ ਤੇਗ ਬਹਾਦਰ ਸਿਮਰੀ ਇਹ ਕਰਨ ਆਉਣੀ ਤਾਂ ਆਵੇ ਤਾਂ ਇਹ ਸਭ ਥਾਂ ਹੀ ਹੋਏ ਸਹਾਏ ਇੱਥੇ ਹਰ ਕੋਈ ਡਿੱਗਾ ਢੱਠਾ ਕੋਈ ਕਰਜ਼ਾ ਚੜਿਆ ਹੋਵੇ ਕੋਈ ਤਰ੍ਹਾਂ ਦਾ ਹੋਵੇ ਉਹ ਤੇਗ ਬਹਾਦਰ ਸਿਮਰੀ ਇਹ ਕਰਨ ਆਉਣੀ ਤਾਂ ਆਵੇ ਤਾਂ ਇਹ ਸਭ ਥਾਂ ਹੀ ਹੋਏ ਸਹਾਏ ਕਵੇ ਉਹਦੇ 9 ਨਿਧੀਆਂ 18 ਸਿੱਧੀਆਂ ਪਿੱਛੇ ਲੱਗੀਆਂ ਫਿਰਦੀਆਂ ਇਹ ਗੁਰੂ ਸਾਹਿਬ ਦੇ ਘਰ ਦੀ ਪ੍ਰਸ਼ੰਸਾ ਇਹ ਮੈਂ ਕਰ ਨਹੀਂ ਸਕਦਾ ਪੰਜ 10 ਘੰਟੇ ਲੱਗੇ ਰਹੋ ਮੇਰੇ ਕੋਲ ਤੁਸੀਂ ਪੁੱਛੀ ਜਾਓ ਮੈਂ ਦੱਸੀ ਜਾਊਂਗਾ ਪਰ ਮੈਂ ਇਹਦੀ ਉਸਤਤ ਇੰਨੀ ਕਰ ਨਹੀਂ ਸਕਦਾ ਮੇਰਾ ਨਾਂ ਹਰਿੰਦਰ ਸਿੰਘ ਹੈ ਜੀ ਮੈਂ ਬਾਬਾ ਲਾਲ ਸਿੰਘ ਜੀ ਦਾ ਬੇਟਾ ਹੈ ਜੀ ਅਤੇ ਗੁਰੂ ਕੇ ਮਹਿਲ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਹੀਦੀ ਦਿਹਾੜਾ ਮਨਾਉਣ ਵਾਸਤੇ ਸਾਰੀਆਂ ਸੰਗਤਾਂ ਇੱਥੇ ਇਕੱਠੀਆਂ ਹੋਈਆਂ ਜੀ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਵੀ ਤਨ ਮਨ ਧਨ ਨਾਲ ਸੇਵਾ ਕਰਕੇ ਆਪਣਾ ਜੀਵਨ ਸਫਲਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਦੇਖੋ ਜੀ ਠੰਡ ਤਾਂ ਬਹੁਤ ਜ਼ਿਆਦਾ ਵਾ ਫਿਰ ਵੀ ਸੰਗਤ ਦੀ ਆਮਦ ਬਹੁਤ ਜ਼ਿਆਦਾ ਵਾ ਕਾਫੀ ਸੰਗਤ ਆ ਰਹੀ ਹੈ ਦਰਸ਼ਨਾਂ ਨੂੰ ਅਤੇ ਹੋ ਸਕਦਾ ਸ਼ਾਮ ਤੱਕ ਕਾਫੀ ਸੰਗਤ ਆਏਗੀ ਇੱਥੇ ਦਰਸ਼ਨ ਮੇਲੇ ਕਰਨ ਗੁਰਦੁਆਰਾ ਗੁਰੂ ਕੇ ਮਹਿਲ ਅੰਮ੍ਰਿਤਸਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਸੇਵਾਦਾਰ ਸਤਨਾਮ ਸਿੰਘ ਜੀ ਕਾਰ ਸੇਵਾ ਜ਼ਿਲ੍ਹਾ ਆਨੰਦਗੜ੍ਹ ਆਨੰਦਪੁਰ ਸਾਹਿਬ ਅੱਜ ਅਸੀਂ ਜਨਮ ਸਥਾਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਇੱਥੇ ਦਰਸ਼ਨ ਕਰ ਰਹੇ ਹਾਂ ਇਸ ਸਥਾਨ ਦੀ ਸੇਵਾ ਕਾਰ ਸੇਵਾ ਸਿੰਘ ਮਾਨ ਸੰਤ ਬਾਬਾ ਸੇਵਾ ਸਿੰਘ ਜੀ ਨੇ ਆਰੰਭ ਕੀਤੀ ਉਸ ਤੋਂ ਬਾਅਦ ਸੰਤ ਬਾਬਾ ਭਾਗ ਸਿੰਘ ਜੀ ਸੰਤ ਬਾਬਾ ਲਾਭ ਸਿੰਘ ਜੀ ਬਾਬਾ ਹਰਭਜਨ ਸਿੰਘ ਜੀ ਭਲਵਾਨ ਜੋ ਕਿ ਉਹ ਪਰਮੇਸ਼ੁਰ ਨੇ ਉਹਨਾਂ ਨੂੰ ਸਵਾਸਾ ਰੂਪੀ ਦਿੱਤੀ ਪੂੰਜੀ ਦਿੱਤੀ ਸੀ ਉਹਨੂੰ ਭੋਗਦੇ ਹੋਏ ਉਹ ਸੰਸਾਰ ਤੋਂ ਚਲੇ ਗਏ ਉਹ ਸੰਪਰਦਾਇ ਅੱਜ ਵੀ ਇਸ ਸਥਾਨ 'ਤੇ ਸੇਵਾ ਨਿਭਾ ਰਹੀ ਆ ਇਸ ਸੰਸਥਾ ਦੇ ਮੁਖੀ ਬਾਬਾ ਸੁੱਚਾ ਸਿੰਘ ਜੀ ਹਨ
होर समूह सेवादार जहेदार श्रोमणी गुरद्वारा प्रबंधक कमेटी के सहयोगदार सभावान चल रही है। देश विदेश के संगतों के सहयोग के नाल साहब श्री गुरु तेग बहादुर साहब के जन्म स्थान की सेवा चल रही है। ये स्थान बहुत थोड़ी जी जगह के जो कि करोड़ों रुपये दमारत लैके इस स्थान को वड्डा किया गया। साहब श्री गुरु तेग बहादुर साहब का 400 साल जो कि 2021 के 1 मई को मनाया जा रहा। असी संगतों को बेनती करते हैं कि इस शताब्दी को मुख रखते हैं जोड़े कार्ज होने वाले आ शुरू किए गए आ पहला भी संगत के सहयोग ना सारे कार्ज किए गए गुरु महाराज की कृपा नाल जोड़े रेंदे कार्ज आ वह भी कार्ज संगत के सहयोग ना ही होने आ। गुरु तेग बहादुर साहब रहमत कर अपने कार्ज आप कराउन इतों ही साहब श्री गुरु रामदास जी श्री हरिमंदर साहब की सेवा करवा रहे हैं। ये साहब श्री गुरु रामदास जी का घर सेगा। सो असी प्रशासन को भी बेनती करते हैं आप जी चैनल राही कि जेडे गुरु के महल में आने वाले रस्ते आ उन्होंने कार्ज आरंभ हो चुके आ जेडे कार्ज रहिंदे आ उन्होंने बड़ी जल्दी तो जल्दी ठीक किया जाए। जिमें कि सचखंड श्री हरिमंदर साहब तो एक मेन रस्ता आता वो उपर फ्लाईओवर बना के गुरु के महल में जोड़िया जाए जिदे नाल देश विदेश संगतों आन जाने के कोई दिक्कत ना आएगी क्योंकि रस्ता बहुत छोटा थले मार्केट चल रही है जो दिन मार्केट खुल जाती है संगत आना बहुत मुश्किल होंगे। जी कड़ाके की ठंड पै रही है ये अज कोई नवी नहीं पै रही जी ये जो हफ्ता चल रहा इस साहब श्री गुरु गोबिंद सिंह महाराज के छोटे साहबजादे वड्डे साहबजाद का जो कि 21-6 साल की पोह की रात को जालम सरकार ने दबाव बनाया कि साहब श्री गुरु दसवें पातशाह कहा गया कि तुम किला आनंदगढ़ छड़ दौ श्री आनंदपुर साहब छड़ दौ कि महाराज 6-7 पोह की रात को श्री आनंदपुर साहब तो रवाना हुए जो कि वो दिन चल रहे हैं। उदों भी इस तरह ही बहुत ठंड सी अज भी वो दिन जोड़े आदा ही याद कर हो रहे हैं। गुरु कृपा करन सिख कौम के उत्ते बड़िया मुसीबत बनिया अगे भी आदि रही हूँ भी आई आ जो हूँ आई आ वो ये आ सारे हिंदुस्तान की किसानी के उत्ते एक बहुत व्डा मारू 3 कानून लागू किए गए आ। असी गुरु तेग बहादुर साहब के जन्म स्थान पर अरदास कर रहे हैं गुरु तेग बहादुर साहब रहमत करन जिन्हां दी खातर शीस का बलिदान दिता सी अज राज भाग ते बैठ के इस संसार हिंदुस्तान के 3 कानून लागू करके किसानां नूं सड़कां दे उत्ते बहालिया। सारी संगत अरदास करो कि महाराज कृपा करन इन्हां नूं सोझी बख्शन जिहड़े कानून आ वापस लै जाण ते जिहड़ियां संगतां वा वो आपां अपने घरां नूं आउण।